ਵਾਹਿਗੁਰੂ ਜੀ ਕੀ ਫਤਿਹ। ਹੁਣ ਛੋਟਾ ਜਿਹਾ ਭਜੰਗੀ ਆਪ ਜੀ ਦੇ ਨਾਲ ਥੋੜੀ ਜਿਹੀ ਕਵਿਤਾ ਛੋਟੇ ਦੋ ਬੰਦ ਵੀ ਬੋਲੇਗਾ, ਹਾਜ਼ਰੀ ਜ਼ਰੂਰ ਲਵਾਓ।
Thank you.
ਵਧੀਆ ਬਣੀ ਸੀ ਨਾ ਮੋੜ ਜਿਹਾ ਕਰਕੇ ਸਾਡੇ
Tartali, gali, meri aao, se tartali, te meri aao, rakte me khelne.
चल के पिंड पाबुआ विखे पहुंचा है। साढ़े कोई शब्द नहीं जिन्हों शब्दों के नाल नगर का धनवाद कर सकिए इतने प्रबंधकों का इतने समुची साध संगत का जिन्होंने बड़े प्यार सत्कार के नाल गुरु साहब का सत्कार किया है। तो संगत वास्ते बहुत सारे ਪਕਵਾਨ ਤਿਆਰ ਕੀਤੇ ਨੇ ਸੱਚੇ ਪਾਤਸ਼ਾਹ ਜਿਹੜੇ ਖਜ਼ਾਨਿਆਂ ਤੋਂ ਮਾਇਆ ਜਾਂ ਖਜ਼ਾਨੇ ਭਰਪੂਰ ਕਰਨਾ ਆਪ ਜੀ ਦੀ ਕੀਤੀ ਹੋਈ ਸੇਵਾ ਸਫਲ ਕਰਨਾ ਗੁਰੂ ਚਰਨ ਸਾਹਿਬ ਜੀ ਆਪ ਜੀ ਦੇ ਚਰਨਾਂ 'ਚ ਦੂਸਰੀ ਬੇਨਤੀ ਕਰਦੇ ਹਾਂ। 14 ਤਰੀਕ ਨੂੰ ਵਿਸਾਖੀ ਵਾਲਾ ਦਿਨ ਖੰਡੇ ਵੱਟ ਦਾ ਅੰਮ੍ਰਿਤ ਵੀ ਤਿਆਰ ਹੋਵੇਗਾ ਜਿੱਥੇ ਤੁਸੀਂ ਸਤਸੰਗ ਦੇ ਵਿੱਚ ਜਾ ਕੇ ਸਤਸੰਗ ਸੁਣ ਕੇ ਆਪਣਾ ਜੀਵਨ ਸਫਲਾ ਕੀਤਾ ਹੈ ਉੱਥੇ ਜਿਹੜੀਆਂ ਸੰਗਤਾਂ ਨੇ ਅਮਰਤ ਸੰਚਾਰ ਹੋਣਾ ਹੈ ਛੱਡਣਾ ਹੋਵੇ ਉਹ ਸੰਗਤਾਂ ਠੀਕ 10 ਵਜੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਕੇਸੀ ਇਸ਼ਨਾਨ ਕਰਕੇ ਪਹੁੰਚ ਸਕਦੀਆਂ ਹਨ। ਕਕਾਰਾਂ ਦੀ ਸੇਵਾ ਬਾਬਾ ਜੀ ਵੱਲੋਂ ਕੀਤੀ ਜਾਣੀ ਹੈ। ਕਕਾਰ ਲਿਆਉਣ ਦੀ ਲੋੜ ਨੀਗੀ, ਬੇਨਤੀ ਪ੍ਰਵਾਨ ਕਰਿਓ। ਆਪ ਜੀ ਦਾ ਕੋਟ ਕੋਟ ਧੰਨਵਾਦ ਕਰਦੇ ਅਤੇ ਬੇਨਤੀ ਕਰਦੇ ਹਾਂ ਤੁਸੀਂ ਉਹ ਨਾਲ ਵੀ ਸਾਡੇ ਚੱਲਿਓ। ਥੋੜ੍ਹੇ 5-4 ਪਿੰਡ ਹੋਰ ਰਹਿ ਗਏ ਨੇ। ਸੱਚੇ ਪਾਤਸ਼ਾਹ ਆਪ ਜੀ ਦੀ ਹਾਜ਼ਰੀ ਪ੍ਰਵਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
नगर कीर्तन जो आप जी दे नगर विच पहुंच चुका है होइया भुल्लां दी माफी जी इत्थे फतेह बुलाओ गज के कहो जी वाहेगुरु जी का खालसा वाहेगुरु जी की फतेह। कते शब्द ला दे लेंदे आ Thank you.
Yeah.
ਸਾਹਿਬ ਨੂੰ ਭੇਜੀ ਹੈ। ਜਿੱਥੇ ਜਿੱਥੇ ਵੀ ਪੜਾਅ ਹੈ ਉੱਥੇ ਉੱਥੇ ਹੀ ਮਾਨ ਕਰਦੇ ਨੇ। ਸਤਿਗੁਰੂ ਜੀ ਆਪਣੇ ਦਰਮ ਭਰੋ ਸਿੱਖੀ ਜੀਵਨ ਦੀ ਦਾਤ ਬਖਸ਼ਣ ਅਤੇ ਚੜ੍ਹਦੀ ਕਲਾ ਕਰਨ। ਮੇਰੇ ਬਹੁਤ ਹੀ ਸਤਿਕਾਰ ਯੋਗ ਇਸ ਨਗਰ ਦੀ ਸ਼ਾਨ ਜਥੇਦਾਰ ਸੁਰਜੀਤ ਸਿੰਘ ਜੀ ਜੋ ਇੰਗਲੈਂਡ ਦੀ ਧਰਤੀ 'ਤੇ ਰਹਿੰਦੇ ਨੇ, ਉਹਨਾਂ ਦੇ ਭਰਾਤਾ ਜੀ ਭਾਈ ਸਾਹਿਬ ਜੀ ਜਥੇ ਦਾ ਮਾਣ ਕਰਕੇ ਗਏ ਨੇ, ਉਹਨਾਂ ਦਾ ਵੀ ਧੰਨਵਾਦ ਸਤਿਗੁਰੂ ਆਪਣੇ ਦਰਮ ਭਰੋ ਸਿੱਖੀ ਜੀਵਨ ਦੀ ਦਾਤ ਬਖਸ਼ਣ ਚੜ੍ਹਦੀ ਕਲਾ ਕਰਨ। ਇਸ ਨਗਰ ਦੇ ਹੀ ਬਹੁਤ ਹੀ ਸਤਿਕਾਰ ਯੋਗ ਭਾਈ ਚਰਨਜੀਤ ਸਿੰਘ ਜੀ ਸਰੰਗੀ ਮਾਸਟਰ ਜੋ ਸਾਡੇ ਸਤਾਜ ਵੀ ਨੇ, ਉਹਨਾਂ ਦੇ ਪਰਿਵਾਰ ਵੱਲੋਂ ਨੇ ਬਹੁਤ ਸਾਰਾ ਮਾਣ ਪਹੁੰਚਿਆ ਸਤਿਗੁਰੂ ਜੀ ਮੇਰੇ ਪਰਿਆਤਰਾ ਵਿੱਚ ਚੜ੍ਹਦੀ ਕਲਾਕਾਰ ਨੇ। ਸਮੁੱਚੀ ਸੰਗਤ ਵੱਲੋਂ ਜਥੇ ਦਾ ਮਾਣ ਸਤਿਕਾਰ ਕੀਤਾ ਗਿਆ, ਮਾਇਆ ਭੇਟਾ ਹਾਜ਼ਰ ਕਰਾਈ ਹੈ। ਮੇਰੇ ਮਾਲਕ ਜੀ ਆਪਣੇ ਦਰੋਂ ਘਰੋਂ ਸਾਰਿਆਂ ਨੂੰ ਗੁਰਸਿੱਖੀ ਜੀਵਨ ਬਖਸ਼ਣ, ਨਿਤ ਨੇਮ ਦੀ ਦਾਤ ਬਖਸ਼ਣ, ਇਸ ਨਗਰ ਕੀਰਤਨ 'ਤੇ ਭਰੀਆਂ ਹੋਈਆਂ ਹਾਜ਼ਰੀਆਂ, ਪਰਿਵਾਰਾਂ ਵਿੱਚ ਤੰਦਰੁਸਤੀਆਂ ਬਖਸ਼ਣ, ਏਕਤਾ ਇਤਫਾਕ ਬਖਸ਼ਣ। ਮੇਰੇ ਸਾਂ ਕਿ ਭਾਈ ਹਿੰਮਤ ਜਿਹੜੇ ਸਟੇਜ ਉੱਤੇ ਆਣ ਕੇ ਕਲਗੀਧਰ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦੇ ਨੇ, ਮਾਲਕ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਮੇਰਾ ਸਰੀਰ ਹਾਜ਼ਰ ਹੈ। ਜਿਸ ਤਰ੍ਹਾਂ ਦੋ ਪਹਿਲਾਂ ਪਿਆਰੇ ਜਿਨ੍ਹਾਂ ਦਾ ਸਰੀਰ ਧਰ ਦੇ ਨਾਲੋਂ ਅਲੱਗ ਕੀਤਾ ਗਿਆ, ਉਸੇ ਤਰ੍ਹਾਂ ਹੀ ਭਾਈ ਹਿੰਮਤ ਨੂੰ ਵੀ ਨਾਲ ਤੋਂ ਫੜ ਕੇ ਮੇਰੇ ਸਤਿਗੁਰੂ ਜੀ ਨੇ ਜ਼ੋਰ ਦੇ ਨਾਲ ਉਸ ਤੰਬੂ ਦੇ ਵਿੱਚ ਲੈ ਗਏ ਨੇ। ਬਾਬਾ ਜੀ ਮੜੇ, ਬਾਬਾ ਜੀ ਮੜੀਆਂ ਸੋਟੀਆਂ ਤੁਸੀਂ ਐਂ ਕਰਦਾ ਸੀ, ਦੇਖਿਆ ਕਰੋ ਨਾ ਮੜੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਹੋਇਆਂ ਹਾਜ਼ਰੀਆਂ ਭਰੀਆਂ ਹਨ।
ਗੁਰੂ ਮਹਾਰਾਜ ਜੀ ਸਰਬੱਤ ਸੰਤਾਂ ਦੇ ਹਾਜ਼ਰੀਆਂ ਦੇ ਸਤਿਨਾਮ ਮੰਜੂਰ ਕਰਨ, ਆਪਣੇ ਘਰ ਨਾਮ ਅਤੇ ਜਾਨ ਦੀ ਦਾਤ ਬਖਸ਼ਿਸ਼ ਕਰਨਾ ਅਸੀਂ ਗੁਰਦੁਆਰਾ ਗ੍ਰੰਥ ਸਾਹਿਬ ਵੱਲੋਂ ਸਰਬੱਤ ਸੰਤਾਂ ਦੇ ਨਾਮ ਅਤੇ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੇ ਰਾਤ ਮਰ ਜਾ ਗਏ ਸੀ ਲੈ ਆਇਆ ਕਿ
चार धर्म तो वार गया गत सजाउंदा नंद पड़दी ऐसी शान बड़ी इंद्र वी सीस चुकाउंदा छड़े अमृत मुरदे जी पैंदे गिदड़ा तो शेर वंगार गया तन जिगरा कलगिया वाले चार धर्म तो मार Thank you.
ਕੀ ਫਤਿਹ। ਅੱਜ ਦਾ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਛਤਰ ਸ਼ਾਹ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਪੰਜਵੇਂ ਪਾਤਸ਼ਾਹ ਦੇ ਗੁਰਦੁਆਰਾ ਡੇਰਾ ਸਾਹਿਬ ਦੇ ਸਥਾਨ ਤੋਂ ਆਰੰਭ ਹੋ ਕੇ ਵੱਖ ਵੱਖ ਨਗਰਾਂ ਤੋਂ ਹੁੰਦਾ ਹੋਇਆ ਸਮਾਪਤੀ ਦੇ ਪੜਾਅ ਵੱਲ ਵੱਧਦਾ ਜਾ ਰਿਹਾ ਹੈ। ਅਸੀਂ ਸਮੁੱਚੀਆਂ ਸਿੱਖ ਸੰਗਤਾਂ ਦਾ, ਸੇਵਾਦਾਰ ਵੀਰਾਂ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬਹੁਤ ਸੁਚੱਜੇ ਢੰਗ ਦੇ ਨਾਲ ਇਸ ਨਗਰ ਕੀਰਤਨ ਨੂੰ ਚਲਾ ਕੇ ਆਪਣੇ ਤਨ ਮਨ ਧੰਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕੀਤਾ ਹੈ। ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਆਪਣੇ ਦਰ ਤੇ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਿਓ। ਅਸੀਂ ਭੁੱਲਣਹਾਰ ਜੀਵ ਹਾਂ, ਹੋਈਆਂ ਗਲਤੀਆਂ ਮਾਫ ਕਰਕੇ ਸਾਨੂੰ ਅੱਗੇ ਤੋਂ ਸੋਝੀ ਬਖਸ਼ਿਓ ਕਿ ਤੇਰੇ ਚਰਨਾਂ ਨਾਲ ਜੁੜ ਕੇ ਸੱਚੇ ਪਾਤਸ਼ਾਹ ਤੇਰੇ ਚਰਨਾਂ ਨਾਲ ਜੁੜ ਕੇ ਇਸੇ ਤਰ੍ਹਾਂ ਹੀ ਸੰਗਤਾਂ ਦੇ ਨਾਲ ਰਲ ਮਿਲ ਕੇ ਸਤਸੰਗ ਕਰਦੇ ਰਹੀਏ। ਅਤੇ ਸਾਡੇ ਕੋਲ ਕੋਈ ਵਚਨ ਨਹੀਂ ਵੱਖ ਵੱਖ ਨਗਰਾਂ ਤੋਂ ਆਈਆਂ ਸੰਗਤਾਂ ਦਾ ਜਿਨ੍ਹਾਂ ਦੇ ਨਾਲ ਧੰਨਵਾਦ ਕਰ ਸਕੀਏ। ਸੱਚੇ ਪਾਤਸ਼ਾਹ ਆਪ ਜਾਣੀ ਜਾਣ ਨੇ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਜਿਨ੍ਹਾਂ ਖਜ਼ਾਨਿਆਂ ਦੇ ਵਿੱਚੋਂ ਸੰਗਤਾਂ ਨੇ ਇਹਨਾਂ ਸਮਾਗਮਾਂ ਵਾਸਤੇ ਮਾਇਆ ਭੇਟ ਕੀਤੀ ਆ ਉਹ ਖਜ਼ਾਨੇ ਭਰਪੂਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਪੁੱਤਰ ਆ ਜਾਓ ਇੱਧਰ ਭਾਈ ਬੋਲੋ ਸਾਹਿਬ ਕਿਆ ਨਹੀਂ ਕਰਦੇ ਹੈ ਸਾਜਾ ਨਾਮ ਨਿਰਾਧਾਰ ਸਾਜ ਨਾਮ ਨਿਰਾਧਾਰ।
Yeah.